वाहे गुरु साहिब जी, वाहे गुरु साहिब जी, जो हमरी विद होती मेरे सतगुरा साविद तुम्हार जानो आपे। हम रुलते फिरते कोई बात ना पूछता, गुर सतगुर संग कीरे हम थापे। तन तन गुरु नानक जन केरा, जित मिलिया चुके सब सोग संतापे। जो जाने ते सदा सुख होए, आप मिलाए लय प्रभ सोए। ओ धनवंत कुलवंत पतवंत, जीवन मुक्त जिस रिदे भगवंत। सारे रल के आख तन 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 जन आया, जिस प्रसाद सब जगत जन आवण का एह सवाओ। जन के संग चित आवे नाओ। धन गुरु तेग बहादुर साहब आप मुकत, सारे बोलो आप मुकत करे संसार। नानक तिस जन को सदा नमस्कार। सारिया संगतां नूं बेनती है कि जिनी देर भी सतगुर ने गोर जपा के हाजरी लैनी है, कोई रसना खाली ना रवे। सारे कीर्तनीय बन जाओ, सरोते नहीं बनना। सारिया ने रल के कीर्तन करना। धन गुरु तेग बहादुर साहब पहला दो तीन मिनट आपां सिमरन करना, ते इदां सिमरन करिया जे नेत्र बंद करके कि सतगुरु जी बहुत औगण ने। एक नहीं, एक होवे ते मैं दसा, बहुत ने कृपा करके अज औगणा नूं अपने चरणा विच रख के गुण पल्ले दे के भेजिया जी। आखो वाहेगुरु, सारी संगत आखो वाहेगुरु, सारे रल के सिमरन करिया जी। फिर एक शब्द पढ़ के समाप्ति करांगा। वाहे गुरु, 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 वाहे Thank you.
ਕਥਾਵਾਚਕ ਇਸੇ ਅਸਥਾਨ ਤੇ ਵਿਚਾਰ ਦੱਸੀ ਉਹਨਾਂ ਨੇ ਕਹਿੰਦੇ ਧੰਨ ਗੁਰ ਤੇਗ ਬਹਾਦਰ ਜਦੋਂ ਵੀ ਦਰਬਾਰ ਵਿੱਚ ਆਉਂਦੇ ਸਨ ਨਾ ਉਹਨਾਂ ਦੀਆਂ ਨਜ਼ਰਾਂ ਥੱਲੇ ਹੁੰਦੀਆਂ ਸਨ ਤੇ ਅੱਖਾਂ ਵਿੱਚ ਪਿਆਰ ਦਾ ਬੈਰਾਗ ਹੁੰਦਾ ਸੀ ਆਖੋ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਆਖੋ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਅੱਜ ਅਸੀਂ ਵੀ ਆਏ ਹਾਂ ਕਿਤੇ ਉਹ ਬੈਰਾਗ ਸਾਡੀਆਂ ਅੱਖਾਂ ਵਿੱਚ ਵੀ ਆ ਜਾਵੇ ਆਖੋ ਵਾਹਿਗੁਰੂ ਵਾਹਿਗੁਰੂ ਮੈਂ ਇੱਕੋ ਬੇਨਤੀ ਕਰਾਂਗਾ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਸਾਖੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਮੱਖਣ ਛਲ ਬਾਣੇ ਬੇੜਾ ਡੁੱਬ ਰਿਹਾ ਸੀ ਇੱਕ ਭਾਵਨਾ ਵਾਲਾ ਸਿੱਖ ਸੀ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਹੇ ਨੌਵੇਂ ਗੁਰੂ ਨਾਨਕ ਕਿਰਪਾ ਕਰ ਮੇਰਾ ਡੁੱਬਦਾ ਬੇੜਾ ਬੰਨੇ ਲਾ ਦੇ ਆਖੋ ਵਾਹਿਗੁਰੂ ਵਾਹਿਗੁਰੂ ਅੱਜ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਅੱਜ ਸਾਡਾ ਬੇੜਾ ਵੀ ਡੁੱਬ ਰਿਹਾ ਆਖੋ ਵਾਹਿਗੁਰੂ ਇੰਨੀਆਂ ਵਾਸ਼ਨਾਵਾਂ ਚਮੜੀਆਂ ਇੰਨੀਆਂ ਵਾਸ਼ਨਾਵਾਂ ਚਮੜੀਆਂ ਪਾਤਸ਼ਾਹ ਅੱਜ ਸਾਡਾ ਵੀ ਬੇੜਾ ਡੁੱਬ ਰਿਹਾ ਹੈ ਕਿਰਪਾ ਕਰਕੇ ਸਾਡਾ ਵੀ ਬੇੜਾ ਬੰਨੇ ਲਾਓ ਉਹਨੇ ਅਰਦਾਸ ਕੀਤੀ ਸੀ ਤੁਸੀਂ ਬਾਬੇ ਬਕਾਲੇ ਲਾ ਕੇ ਬਹਿ ਕਰਕੇ ਮੋਢਾ ਲਾ ਕੇ
ਮੱਖਣ ਛਲਵਾਣੇ ਦਾ ਬੇੜਾ ਬੰਨੇ ਲਾਇਆ। ਅੱਜ ਸਾਡਾ ਬੇੜਾ ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਇਸ ਸਮੁੰਦਰ ਵਿੱਚ ਡੁੱਬ ਰਿਹਾ ਹੈ। ਅੱਖ ਵਾਹਿਗੁਰੂ ਰਲ ਕੇ ਸੱਚੇ ਪਾਤਸ਼ਾਹ ਨੂੰ ਨਾ ਪਾਤਸ਼ਾਹ ਜੀ ਇਹ ਪੰਕਤੀਆਂ ਤੁਧ ਆਵਤ ਮੇਰਾ ਮਨ ਤਨ ਹਰਿਆ। ਪਾਤਸ਼ਾਹ ਜਦੋਂ ਮੈਂ ਤੁਹਾਡੇ ਦਰਸ਼ਨ ਕਰਾਂ ਮੇਰਾ ਮਨ ਹਰਿਆ ਹੋ ਜਾਵੇ। ਅੱਖ ਵਾਹਿਗੁਰੂ ਕੋਸ਼ਿਸ਼ ਕਰਿਓ ਉਹ ਵਿਰਾਗ ਨਾਲ ਪੜਨ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾ ਕੇ ਗਏ। ਇੱਕੋ ਸ਼ਬਦ ਪੜ੍ਹਨਾ ਵਿੱਚ ਪ੍ਰਮਾਣ ਲਾਵਾਂਗੇ ਫਿਰ ਸਮਾਪਤੀ ਕਰਾਂਗੇ। ਰਲ ਕੇ ਪੜ੍ਹੀਏ। ਮੋਬਾਈਲ ਕੋਲ ਨੇ ਤੁਹਾਡੇ ਸਾਰਿਆਂ ਕੋਲ ਗ੍ਰੰਥ ਹੈ ਆਈ ਗ੍ਰੰਥ ਹੈ ਸਾਰੇ ਕੱਢੋ ਤੇ ਸਾਰੇ ਰਲ ਕੇ ਪੜ੍ਹੋ। ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ। ਤੁਧ ਆਵਤ ਮੇਰਾ ਮਨ ਤਨ ਜਸ ਤੋਂ ਸੰਗ ਗਾਵਣਾ। ਬੋਲੋ ਤੁਧ ਵਤ ਮੇਰਾ ਹਰ ਜਸ ਤੋਂ ਹਿਰਦੇ ਵਾਸੇ
संत कृपा ते संत कृपा ते हृदय दर्शन पेटत होत पुनीता दर्शन पेटत होत पुनीता पूर्णत गर्भ न पावना दर्शन पेटत जो तुम्हारे मन भावना
संत बिना मैं थाओ ना कोई, संत बिना मैं थाओ ना कोई। धन गुरु तेग बहादुर साहेब अवर ना सोजे जावना, मोहे निर्गुण को कोई ना रखे। ये पंक्तियां नेत्र बंद करके दोवें हाथ जोड़ के पढ़ो। पाशा मोहे निर्गुण ਅਸੀਂ ਪੜ੍ਹੀਏ ਫਿਰ ਤੁਸੀਂ ਪੜ੍ਹੋ। ਮੋਹੇ ਮੇਰੇ ਗੁਣ ਸਮਾਵਣਾ, ਕਹੋ ਨਾਨਕ ਕਹੋ ਨਾਨਕ ਗੁਰ ਚਲਤ ਦਿਖਾਇਆ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦ ਹਰ ਹਰ ਗਵਣਾ। ਵਾਹਿਗੁਰੂ 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 ਵਾਹਿਗੁਰੂ
Vai,
ਜਿਨ੍ਹਾਂ ਨੇ ਇੱਕ ਵਾਰੀ ਪਿਆਰ ਨਾਲ ਆਖ ਲਿਆ ਧੰਨ ਗੁਰੂ ਦੇ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਫਿਰ ਖੁਸ਼ੀਆਂ ਮੰਗਣੀਆਂ ਨਹੀਂ ਪੈਂਦੀਆਂ, ਧਾਵਾ ਬੋਲ ਜਾਂਦੀਆਂ ਨੇ ਧੰਨ ਗੁਰੂ ਦੇ ਬਹਾਦਰ ਸਾਹਿਬ। ਇਹ ਬੋਲ ਕੇ ਹੀ, ਇਹ ਜਦੋਂ ਬੋਲਿਆ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ, ਫਿਰ ਆਰਾ ਵੀ ਮਿੱਠਾ ਲੱਗਣ ਲੱਗ ਪਿਆ। ਆਖੋ ਵਾਹਿਗੁਰੂ, ਵਾਹਿਗੁਰੂ, ਫਿਰ ਅੱਗ ਵੀ ਨਹੀਂ ਸਾੜ ਸਕੀ। ਆਖੋ ਵਾਹਿਗੁਰੂ, ਵਾਹਿਗੁਰੂ, ਫਿਰ ਉਬਲਦਾ ਪਾਣੀ ਵੀ ਨਹੀਂ ਮਾਰ ਸਕਿਆ। ਆਖੋ ਵਾਹਿਗੁਰੂ, ਵਾਹਿਗੁਰੂ। ਪਿਆਰ ਵਾਲਿਓ, ਇਹੋ ਜਿਹਾ ਪ੍ਰੇਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਸੋਂ ਮੰਗੀਏ। ਅੱਜ ਚਾਂਦਨੀ ਚੌਂਕ ਜਾਓ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਹੁੰਦੀ ਹੈ ਨਾ, ਉੱਥੇ ਪਿਆਰੇ ਉਹਨਾਂ ਦੇ ਤਿੰਨ ਗੁਰਸਿੱਖਾਂ ਨੂੰ ਵੀ ਹੁੰਦੀ ਹੈ। ਆਖੋ ਵਾਹਿਗੁਰੂ, ਵਾਹਿਗੁਰੂ, ਕੋਈ ਰਸਤਾ ਖਾਲੀ ਨਾ ਰਹੇ। ਪਹਿਲਾਂ ਅਸੀਂ ਪੜਾਂਗੇ, ਫਿਰ ਸਾਜ ਅਸੀਂ ਬੰਦ ਕਰ ਦਿਆਂਗੇ। ਜੇ ਪਿਆਰ ਕਰਦੇ ਹੋ ਤੇ ਗੂੰਜਾ ਪਾ ਦਿਓ। ਇੱਕ ਬਹਾਦਰ ਸਿਮਰੀਏ,